ਛੱਤਚਰੀ ਕਾਲਜੀ ਪੀਐਸਟੀਸੀ ਵੱਲੋਂ ਇੱਕ ਨਵਾਂ ਨੋਟਿਸ ਜਾਰੀ ਕੀਤਾ ਗਿਆ ਹੈ ਦੋ ਤਿੰਨ ਜੀ ਉਹ ਤੁਹਾਨੂੰ ਦਿਖਾ ਦਿੰਨੇ ਹਾਂ ਜੀ ਇੱਕ ਵਾਰ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜੀ ਕੁਝ ਆਹ ਗੱਲਾਂ ਨੇ ਜਿਹੜੇ ਡਾਕੂਮੈਂਟ ਵਿੱਚ ਡਾਕੂਮੈਂਟੇਸ਼ਨ ਵੈਰੀਫਿਕੇਸ਼ਨ ਹੋਊਗੀ ਜਦੋਂ ਤੁਹਾਨੂੰ <strong>ਬੇਟਿੰਗ ਲਿਸਟ</strong> ਆਊਗੀ ਜਾਂ ਨਹੀਂ ਘੱਟ ਨੰਬਰ ਵਾਲਿਆਂ ਦਾ ਕੀ ਬਣੂਗਾ ਅੱਗੇ ਤੇ ਕਰੋਨਾ ਟੀਕਾ ਜ਼ਰੂਰੀ ਹੈ ਕਿ ਨਹੀਂ ਸਾਰੀ ਡਿਟੇਲ ਲਾਵਾਂਗੇ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਬਨੇ ਰਹੋ ਪੂਰੀ ਐਂਡ ਤੱਕ ਦੇਖਿਓ ਆ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਪੀਐਸਟੀਸੀਐਲ ਦੀ ਆਫੀਸ਼ੀਅਲ ਸਾਈਟ ਦੇ ਉੱਤੇ ਪਹੁੰਚ ਚੁੱਕੇ ਹਾਂ ਤੁਸੀਂ ਅੱਜ ਜਦੋਂ ਸਕਰੋਲ ਕਰੋਗੇ ਜੀ ਆ ਤੁਸੀਂ ਦੇਖ ਸਕਦੇ ਹੋ ਇੱਥੇ ਨੋਟਿਸ ਆਏ ਹੋਏ ਨੇ ਜੀ 22 ਤਰੀਕ ਦੇ ਆ ਤੁਸੀਂ ਦੇਖ ਸਕਦੇ ਹੋ ਜੀ ਨੋਟਿਸ ਕੀ ਦਿੱਤਾ ਗਿਆ ਹੈ ਨੋਟਿਸਾਂ ਦੇ ਵਿੱਚ ਉਹਨਾਂ ਬਾਰੇ ਦੱਸਦੇ ਨੇ ਤੁਹਾਨੂੰ ਅੱਜ ਇਹ ਡਾਕੂਮੈਂਟ ਚੈਕਿੰਗ ਸ਼ਡਿਊਲ ਮਤਲਬ ਜਿਹੜੇ ਹੁਣ ਡਾਕੂਮੈਂਟ ਨੇ ਜੀ ਉਹ ਚੈੱਕ ਹੋਣਗੇ ਜੀ ਕਿੰਨਾ ਕਿੰਨਾ ਦੇ ਐਲ ਡੀ ਸੀ ਅੱਜ ਜੀ ਦੇਖੋ ਟਾਈਪਿਸਟ ਮਤਲਬ ਇਹ ਸਾਰਿਆਂ ਦੀ ਡਿਟੇਲਾਂ ਦੱਸਿਆ ਨੇ ਆ ਦਿੱਸੋ ਅਸਿਸਟੈਂਟ ਇੰਜੀਨੀਅਰ ਮਤਲਬ ਇਹਨਾਂ ਦੇ ਹੁਣ ਡਾਕੂਮੈਂਟ ਵੈਰੀਫਿਕੇਸ਼ਨ ਹੋਊਗੀ ਜੀ ਹੁਣ ਤੁਹਾਨੂੰ ਪਹਿਲਾਂ ਦਿਖਾ ਦਿਆਂ ਡਾਕੂਮੈਂਟ ਕਿਹੜੇ ਕਿਹੜੇ ਲੈ ਕੇ ਜਾਣ ਦੇ ਨਾਲੇ ਆ ਤੁਸੀਂ ਦੇਖ ਸਕਦੇ ਹੋ ਜੀ ਇਹ ਮੈਰਿਟ ਲਿਸਟ ਹੋ ਕੇ ਆ ਚੁੱਕੀ ਹੈ ਜੀ ਆਪਣੀ ਨਾਰਮਲਾਈਜੇਸ਼ਨ ਹੋ ਕੇ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਹੁਣ ਜਿਹੜੇ ਜਿਹੜੇ ਬੱਚੇ ਸਿਲੈਕਟ ਹੋ ਚੁੱਕੇ ਨੇ ਉਹਨਾਂ ਦੀ ਹੁਣ ਹੋਵੇਗੀ ਜੀ ਡਾਕੂਮੈਂਟ ਵੈਰੀਫਿਕੇਸ਼ਨ ਉਹਨਾਂ ਨੂੰ ਬੁਲਾਇਆ ਜਾਵੇਗਾ ਕਿੱਥੇ ਬੁਲਾਇਆ ਜਾਵੇਗਾ ਜੀ ਆ ਤੁਸੀਂ ਡਿਟੇਲ ਵੀ ਦੇਖ ਸਕਦੇ ਹੋ ਆ ਦਿੱਤਾ ਹੈ ਜੀ ਟਾਈਮਿੰਗ ਸਾਰੀ ਜੇ ਵੈਨਿਊ ਕੀ ਹੈ ਜੀ ਟੈਕਨੀਕਲ ਆ ਦੇਖ ਸਕਦੇ ਹੋ ਟ੍ਰੇਨਿੰਗ ਇੰਸਟੀਚੂਟ TTI ਦੇਖ ਸਕਦੇ ਹੋ ਸ਼ਕਤੀ ਬਿਹਾਰ ਨੀਅਰ 23 ਨੰਬਰ ਫਾਟਕ ਪੀ ਐਸ ਪੀ ਸੀ ਐਲ ਦੇ ਬਿਲਡਿੰਗ ਪਟਿਆਲਾ ਦੇ ਵਿੱਚ ਪਟਿਆਲਾ ਦੇ ਵਿੱਚ ਹੋ ਰਿਹਾ ਜੀ ਇਹ ਰਿਪੋਰਟਿੰਗ ਟਾਈਮ 9 9:30 ਵਜੇ ਇਸ ਤੋਂ ਪਹਿਲਾਂ ਹੀ ਪਹਿਲਾਂ ਪਈ ਪਹੁੰਚ ਜੇ ਤੁਸੀਂ 29 10 ਨੂੰ ਤੁਹਾਨੂੰ ਜਾਣਾ ਜੀ ਫਰਡੇ ਨੂੰ ਠੀਕ ਹੈ ਜੀ ਨੀਚੇ ਦੇਖ ਸਕਦੇ ਆਪਾਂ ਇਹ ਸਾਰੀ ਐਲਡੀਸੀ ਟਾਈਪਿਸਟ ਦੀਆਂ ਜਿਹੜੇ ਜਿਹੜੇ ਸਿਲੈਕਟ ਹੋ ਚੁੱਕੇ ਨੇ ਉਹਨਾਂ ਦੀ ਲਿਸਟ ਹੈ ਜੀ ਇਹ ਠੀਕ ਹੈ ਜੀ ਆ ਤੁਸੀਂ ਨੀਚੇ ਤੱਕ ਦੇਖ ਸਕਦੇ ਹੋ ਜੀ ਇਹ ਲਿਸਟ ਹੈ ਜੀ ਜਿਹੜੇ ਜਿਹੜੇ ਸਿਲੈਕਟ ਕਰੇ ਨੇ ਠੀਕ ਹੈ ਜੀ ਇਹਨਾਂ ਨੂੰ ਬੁਲਾਇਆ ਗਿਆ ਜੀ ਆਪਣੇ ਡਾਕੂਮੈਂਟ ਵੈਰੀਫਿਕੇਸ਼ਨ ਲਈ ਇਹ ਕੋਲਿਸਟ ਦਿਖਾ ਦਿੰਨੇ ਤੁਹਾਨੂੰ ਆ ਤੁਸੀਂ ਦੇਖ ਸਕਦੇ ਹੋ ਜੀ ਇਹਨਾਂ ਦੀ ਅਸਿਸਟੈਂਟ ਇੰਜੀਨੀਅਰ ਦੀ ਹੈ ਜੀ ਓਟੀ ਦੀ ਇਲੈਕਟ੍ਰੀਕਲ ਦੀ ਇਹਦੀ ਵੀ ਦੇਖੋ ਸੇਮ ਉਹੀ ਹੈ ਜੀ ਜਿੱਥੇ ਜਾਣਾ ਜੀ ਟੀਟੀਆਈ ਸ਼ਕਤੀ ਵਿਹਾਰ ਨੀਰ ਤੇ 2 ਨੰਬਰ ਫਾਟਕ ਪਟਿਆਲਾ ਹੀ ਜਾਣਾ ਇਹਨਾਂ ਦਾ ਵੀ 9:30 ਵਜੇ ਇਹਨਾਂ ਦਾ ਵੀ ਆ ਜਿਹੜੇ ਜਿਹੜੇ ਸਿਲੈਕਟ ਹੋ ਚੁੱਕੇ ਨੇ ਜੀ ਉਹਨਾਂ ਦੀ ਆ ਡਿਟੇਲ ਹੈ ਜੀ ਸਿਰੇ ਤੋਂ ਸਿਰੇ ਤੱਕ ਠੀਕ ਹੈ ਇਹ ਪੀਡੀਐਫ ਤੁਹਾਨੂੰ ਸਾਡੇ ਟੈਲੀਗ੍ਰam ਚੈਨਲ ਤੋਂ ਵੀ ਤੁਹਾਨੂੰ ਮਿਲ ਜਾਨੀਗੀ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਪੀਡੀਐਫ ਆ ਨੂੰ ਠੀਕ ਹੈ ਜੀ ਤਦ ਨਾਮ ਆ ਜੇ ਨਹੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਜੀ ਹੁਣ ਕਈਆਂ ਦੇ ਮਨ ਦੇ ਵਿੱਚ ਆਏ ਆ ਜੀ ਵੀ ਹੁਣ ਇਸ ਤੋਂ ਬਾਅਦ ਕੀ ਹੋਵੇਗਾ ਠੀਕ ਹੈ ਕੀ ਕੀ ਡਾਕੂਮੈਂਟ ਲੈ ਕੇ ਜਾਣੇ ਨੇ ਠੀਕ ਹੈ ਜੀ ਹੁਣ ਉਹ ਵੀ ਡਾਕੂਮੈਂਟ ਤੁਹਾਨੂੰ ਦੱਸ ਦਿੰਨੇ ਆ ਹਾਂ ਤੁਸੀਂ ਦੇਖ ਸਕਦੇ ਹੋ ਜਿੰਨਾ ਹੈੱਡ ਆਫਿਸ ਕਿੱਥੇ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਇਹ ਪਟਿਆਲਾ ਹੀ ਹੈ ਜੀ ਠੀਕ ਹੈ ਉਸ ਤੋਂ ਬਾਅਦ ਨੀਚੇ ਤੁਸੀਂ ਦੇਖ ਸਕਦੇ ਹੋ ਇਹ ਪੀਐਸਟੀਸੀਐਲ ਦੀ ਜਿਹੜੀਆਂ ਕੁਝ ਅਸਾਮੀਆਂ ਕੱਢੀਆਂ ਸੀ ਜੀ ਇਹਨਾਂ ਨੇ ਜਿੰਨਾ ਵਾਰਿਆ ਡਿਟੇਲ ਹੈ ਜੀ ਤੁਸੀਂ ਡਾਕੂਮੈਂਟ ਵੈਰੀਫਿਕੇਸ਼ਨ ਵਾਸਤੇ ਕੀ ਲੈ ਕੇ ਜਾਣਾ ਜੀ ਅਸਲ ਸਰਟੀਫਿਕੇਟ ਲੈ ਕੇ ਜਾਣੇ ਨੇ ਸਾਰੇ ਤੁਹਾਡੇ ਆਪ ਦੇ ਠੀਕ ਹੈ ਜੀ ਉਹਦੇ ਵਿੱਚ ਕੀ ਜਨਮ ਮਿਤੀ ਦਰਸਾਉਣੇ ਮੈਟ੍ਰਿਕ ਅੱਧੀ ਇੱਕ ਤਾਂ 10ਵੀਂ ਦਾ ਜ਼ਰੂਰੀ ਹੈ ਜੋ ਜਨਮ ਮਿਤੀ ਦੇਖਣਗੇ ਜੀ ਤੁਹਾਡੀ ਉੱਤੇ ਠੀਕ ਹੈ ਉਸ ਤੋਂ ਬਾਅਦ ਮੈਟ੍ਰਿਕ ਪੱਧਰ ਦੇ 10ਵੀਂ ਦਾ ਘੱਟੋ ਘੱਟ ਪੰਜਾਬੀ ਮਤਲਬ ਕਿ ਜਿਹੜੇ 10ਵੀਂ ਦੀ ਹੈ 10ਵੀਂ ਦੇ ਵਿੱਚ ਤੁਹਾਨੂੰ ਪੰਜਾਬੀ ਕੀਤੀ ਹੋਣੀ ਜ਼ਰੂਰੀ ਹੈ ਜੀ ਉਸ ਤੋਂ ਬਾਅਦ ਪਲੱਸ 2 ਦਾ ਜੇ ਤੁਹਾਡੇ ਕੋਲ ਮੇ ਡਿਪਲੋਮਾ ਹੈ ਤਾਂ ਡਿਪਲੋਮਾ ਠੀਕ ਹੈ ਜੀ ਡਿਗਰੀ ਹੈ ਡਿਗਰੀ ਸਰਟੀਫਿਕੇਟ ਜ਼ਰੂ ਤੇ ਉਸ ਤੋਂ ਬਾਅਦ ਇਸ ਇਸ਼ਤਿਹਾਰ ਬਿਤੇੰਦਾਰ ਮਤਲਬ ਜਿਹੜੀ ਵੀ ਤੁਹਾਡੀ ਯੋਗਤਾ ਦਿੱਤੀ ਗਈ ਸੀ ਜੇ ਜਦੋਂ ਤੁਹਾਨੂੰ ਪੋਸਟ ਫਿਲ ਕਰੀ ਤੀ ਉਸ ਟਾਈਮ ਜਿਹੜੇ ਜਿਹੜੇ ਡਾਕੂਮੈਂਟ ਤੁਹਾਨੂੰ ਲਗਾਏ ਤੇ ਜੀ ਉਹ ਸਾਰੇ ਡਾਕੂਮੈਂਟ ਤੁਸੀਂ ਉੱਥੇ ਲੈ ਜਾਓ ਠੀਕ ਹੈ ਜੀ ਉਸ ਤੋਂ ਬਾਅਦ ਆ ਦੇਖ ਸਕਦੇ ਹੋ origignal ਆਧਾਰ ਕਾਰਡ ਇਹ ਜ਼ਰੂਰੀ ਹੈ ਜੀ ਤੁਹਾਨੂੰ origignal ਆਧਾਰ ਕਾਰਡ ਲੈ ਕੇ ਜਾਣੀ ਜਾਣਾ ਠੀਕ ਹੈ ਜੀ ਉਸ ਤੋਂ ਬਾਅਦ ਨੀਚੇ ਦੇਖ ਸਕਦੇ ਹੋ ਅਨੁਸੂਚਿਤ ਜਾਤੀ ਕੈਟਾਗਰੀ ਨਾਲ ਸੰਬੰਧਿਤ ਉਮੀਦਵਾਰ ਲਈ ਮਤਲਬ ਜਿਹੜੇ ਅਨੁਸੂਚਿਤ ਜਾਤੀ ਨਾਲ ਕੈਟਾਗਰੀ ਨਾਲ ਸੰਬੰਧਿਤ ਨੇ ਕੀ ਲੈ ਕੇ ਜਾਣਗੇ ਜੀ ਉਹ ਆਪਣਾ ਕੈਟਾਗਰੀ ਦਾ ਸਰਟੀਫਿਕੇਟ ਠੀਕ ਪੰਜਾਬ ਸਰਕਾਰ ਦੁਆਰਾ ਅਨੁਸੂਚਿਤ ਜਾਤੀਆਂ ਦਾ ਮਤਲਬ ਕੀ ਆਪਾਂ ਜਿਹੜੀ ਵੀ ਕੈਟਾਗਰੀ ਨਾਲ ਸੰਬੰਧਤ ਆ ਉਹ ਕੈਟਾਗਰੀ ਦਾ ਸਰਟੀਫਿਕੇਟ ਜ਼ਰੂਰੀ ਹੈ ਜੀ ਹਾਂ ਤੁਸੀਂ ਦੇਖ ਸਕਦੇ ਹੋ ਜੀ ਹੁਣ ਪਛੜੀ ਸ਼੍ਰੇਣੀ ਵਾਸਤੇ ਕੀ ਹੈ ਜੀ ਇਹ ਸਾਰਿਆਂ ਵਾਸਤੇ ਤੁਸੀਂ A to Z ਇਹ PDF ਪੜ੍ਹ ਲੈਣੀ ਹੈ ਜੀ ਚੰਗੀ ਤਰ੍ਹਾਂ ਵੀ ਇਹ ਜਿਹੜੇ ਸਰਟੀਫਿਕੇਟ ਨੇ ਜੀ ਉਹ ਸਰਟੀਫਿਕੇਟ ਮੰਗਾਏ ਹੋਏ ਨੇ ਉਸ ਤੋਂ ਬਾਅਦ ਕੁਝ نیچے ਤੁਸੀਂ ਦੇਖ ਸਕਦੇ ਹੋ ਡਿਟੇਲ ਦਿੱਤੀ ਹੈ ਸਾਬਕਾ ਫੌਜੀ ਉੱਤੇ ਠੀਕ ਹੈ ਜੀ ਸਾਬਕਾ ਫੌਜੀ ਜਾਂ ਉਹਨਾਂ ਤੇ ਨਿਰਭਰ ਬੱਚਿਆਂ ਵਾਸਤੇ ਵੀ ਉਹਨਾਂ ਵਾਸਤੇ ਕੀ ਖਸਾਈ ਇੱਕ ਤਾਂ ਕੀ ਹੋ ਜਾਂਦਾ ਅਸਲ ਡਿਸਚਾਰਜ ਬੁੱਕ ਮਤਲਬ ਕੁਝ ਇਹ ਜਿਹੜੀਆਂ ਇਹਨਾਂ ਦੀਆਂ ਡਿਟੇਲ ਨੇ ਜੀ ਉਹ ਤੁਸੀਂ ਇਹ ਪੜ ਲੈਣੀਆਂ ਐ ਦਿਵਯਾਂਮ ਵਾਸਤੇ ਕੀ ਹੈ ਜੀ 스포츠 ਕੈਟਾਗਰੀ ਵਾਸਤੇ ਠੀਕ ਹੈ ਕਿਹੜਾ ਕਿ ਸਰਟੀਫਿਕੇਟ ਜ਼ਰੂਰੀ ਹੈ ਠੀਕ ਹੈ ਉਹ ਜਿਹੜੇ ਸਰਟੀਫਿਕੇਟ ਨੇ ਨੇ ਉਹ ਜ਼ਰੂਰੀ ਨੇ ਤੁਸੀਂ ਆਪਦੇ ਪਹਿਲਾਂ ਹੀ ਤਿਆਰ ਕਰਵਾ ਲਓ ਹਲੇ ਟਾਈਮ ਹੈਗਾ ਜਿੰਨੇ ਦਿਨਾਂ ਦਾ ਠੀਕ ਹੈ ਜੇ ਤੁਹਾਡੇ ਕੋਲ ਹੈਗੇ ਨੇ ਤਾਂ ਉਦੋਂ ਵਧੀਆ ਤੇ ਉਸ ਤੋਂ ਬਾਅਦ ਆਪਣੀ ਪਾਸਪੋਰਟ ਸਾਈਡ ਫੋਟੋ ਜ਼ਰੂਰ ਤਿਆਰ ਕਰਵਾ ਲਓ ਕਿਉਂਕਿ ਉਹ ਲੱਗ ਸਕਦੀਆਂ ਦੇਖੋ ਪੱਕਾ ਨਹੀਂ ਕਹਿ ਸਕਦੇ ਪਰ ਉਹ ਤਿਆਰ ਕਰਵਾ ਕੇ ਰੱਖੋ ਦੇਖੋ ਕਈ ਵਾਰ ਲੋਡ ਪੈ ਜਾਂਦੀ ਹੈ ਟਾਈਮ ਤੇ ਨਹੀਂ ਹੁੰਦੀ ਆਪਣੇ ਕੋਲ ਵੀ ਤੁਸੀਂ ਜੇ ਵੱਧ ਚੀਜ਼ ਹੋਊਗੀ ਤੁਹਾਡੇ ਲਈ ਕੋਈ ਘਾਟਾ ਨਹੀਂ ਹੈਗਾ ਪਰ ਕੋਈ ਚੀਜ਼ ਘੱਟ ਨਹੀਂ ਰਹਿਣੀ ਚਾਹੀਦੀ ਉਸ ਤੋਂ ਬਾਅਦ ਨੀਚੇ ਦੇਖ ਸਕਦੇ ਹੋ ਜਿਹੜੀ ਸ਼ੈਡਿਊਲ ਕਾਸਟ ਦੇ ਐਸਸੀ ਕੈਟੇਗਰੀ ਆ ਉਹਦਾ ਸਰਟੀਫਿਕੇਟ ਇਸ ਤਰ੍ਹਾਂ ਹੋਣਾ ਚਾਹੀਦਾ ਠੀਕ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਇਹਨਾਂ ਨੇ ਦਿੱਤੇ ਹੋਏ ਨੇ ਵੀ ਇਸ ਤਰ੍ਹਾਂ ਬੈਕਵਰਡ ਦਾ ਕਿਸ ਤਰ੍ਹਾਂ ਹੋਣਾ ਚਾਹੀਦਾ ਆ ਤੁਸੀਂ ਦੇਖ ਸਕਦੇ ਹੋ ਵੀ ਤਹਿਸੀਲਦਾਰ ਦੁਆਰਾ ਮੇਨ ਵਾਲੇ ਤਹਿਸੀਲਦਾਰ ਦੁਆਰਾ ਸਾਈਨ ਹੋ ਕੇ ਮੋਹਰ ਲਾ ਕੇ ਬਣਿਆ ਹੋਣਾ ਚਾਹੀਦਾ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਰਿਗਾਰਡਿੰਗ ਬੈਕਵਰਡ ਕਲਾਸ ਸਟੇਟਸ ਮਤਲਬ ਤੇ ਡਿਕਲਰੇਸ਼ਨ ਫਾਰਮ ਹੈ ਤਾਂ ਇੱਕ ਤਰ੍ਹਾਂ ਨਾਲ ਉਸ ਤੋਂ ਬਾਅਦ ਆ ਤੁਸੀਂ ਦੇਖ ਸਕਦੇ ਹੋ ਐਫੀਡੈਵਟ ਇਹ ਮਤਲਬ ਐਫੀਡੈਵਟ ਐਕਸ ਸਰਵਿਸਮੈਨ ਵਾਸਤੇ ਸਿਰਫ ਓਨਲੀ ਠੀਕ ਹੈ ਉਸ ਤੋਂ ਬਾਅਦ ਇਹ ਨੀਚੇ ਦੇਖ ਸਕਦੇ ਹੋ ਐਫੀਡੈਵਟ ਵੀ ਐਕਸ ਸਰਵਿਸਮੈਨ ਇਹ ਡਿਪੈਂਡੈਂਟ ਤੇ ਹੈ ਠੀਕ ਹੈ ਜੀ ਬੱਚੇ ਵਾਸਤੇ ਤੇ ਉਸ ਤੋਂ ਬਾਅਦ ਮੈਡੀਕਲ ਸਰਟੀਫੀਕੇਟ ਆਫ ਅ ਪਰਸਨ ਵਿਦ ਡਿਸੇਬਿਲਟੀ ਜਿਹੜੇ ਵੀ ਬੱਚਾ ਪੀ ਡਬਲਯੂ ਨੇ ਮਤਲਬ ਫਿਜ਼ੀਕਲ ਤانوں ਵੀਕਲ ਸੈਕਸ਼ਨ ਨੇ ਠੀਕ ਹੈ ਉਹਦੇ ਵਾਸਤੇ ਜਿਹੜੀ ਵੀ ਤੁਹਾਡੇ ਮਤਲਬ ਕੀ ਕੋਈ ਘਾਟ ਹੈ ਉਹਦਾ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਚਾਹੀਦਾ ਤੁਸੀਂ ਦੇਖ ਸਕਦੇ ਹੋ ਬੀ ਐਲ ਬੀਏਓਐਲ ਮਤਲਬ ਇਹ ਸਾਰੇ ਸਰਟੀਫਿਕੇਟ ਨੇ ਜਿਸ ਤਰ੍ਹਾਂ ਵੀ ਤੁਹਾਡਾ ਆਉਂਦਾ ਜੀ ਵੀਕਲ ਸੈਕਸ਼ਨ ਉਸ ਹਿਸਾਬ ਨਾਲੇ ਸਰਟੀਫਿਕੇਟ ਜ਼ਰੂਰੀ ਨੇ ਜੀ ਉਸ ਤੋਂ ਬਾਅਦ ਆ ਦੇਖ ਸਕਦੇ ਹੋ ਜੀ ਇਨਕਮ ਇਨਕਮ ਹੈ ਸਿਸਟੈਂਟ ਸਰਟੀਫਿਕੇਟ ਇਨਕਮ ਦਾ ਸਰਟੀਫਿਕੇਟ ਇਸ ਤਰ੍ਹਾਂ ਹੋਣਾ ਚਾਹੀਦਾ ਤੁਹਾਡਾ ਸਾਰੀ ਡਿਟੇਲ ਹੈ ਜੇ ਵੀਡੀਓ ਦੇ ਵਿੱਚ ਲਾਸਟ ਤੱਕ ਦੇਖਿਓ ਤੁਹਾਨੂੰ ਇੱਕ ਹੋਰ ਵੀ ਡਿਟੇਲ ਦੇਵਾਂਗੇ ਜ਼ਰੂਰੀ ਗੱਲ ਹੈ ਜੀ ਉਹ ਲਾਸਟ ਵਿੱਚ ਦੱਸਾਂਗੇ ਤੁਹਾਨੂੰ ਤੇ ਉਸ ਤੋਂ ਬਾਅਦ ਆ ਤੁਸੀਂ ਦੇਖ ਸਕਦੇ ਹੋ ਹਲਫੀਆ ਬਿਆਨ ਹੈ ਜੀ ਇਹ ਠੀਕ ਹੈ ਇਸ ਤੰਤਰਤਾ ਸੰਗਰਾਮੀ ਕੋਟੇ ਦੇ ਮਤਲਬ ਇਹ ਜਿਹੜੇ ਉਮੀਦਵਾਰ ਸੰਸਤੰਤਰਤਾ ਸੰਗਰਾਮੀ ਕੋਟੇ ਦੇ ਵਿੱਚ ਨੇ ਉਹਨਾਂ ਵਾਸਤੇ ਹੈ ਰੈਜ਼ਿਡੈਂਸ ਦਾ ਚਾਹੀਦਾ ਜੀ ਸਰਟੀਫਿਕੇਟ ਹੈ ਠੀਕ ਹੈ ਜ਼ਰੂਰੀ ਨੇ ਜਿਹੜੇ ਸਰਟੀਫਿਕੇਟ ਉਹ ਸਾਰੇ ਦਿੱਲੀ ਕਿਹਾ ਹੋਏ ਨੇ ਜਿਹਦੇ ਵਿੱਚ ਪੰਜਾਬ ਰੈਜ਼ਿਡੈਂਸ ਸਰਟੀਫਿਕੇਟ ਉਸ ਤੋਂ ਬਾਅਦ ਆ ਗਿਆ ਤਜਰਬਾ ਸਰਟੀਫਿਕੇਟ ਇਹ ਤਜਰਬਾ ਕਿੰਨਾਂ ਨੂੰ ਹੈ ਜੀ ਜਿਹੜੇ ਜਿਹੜੇ ਪਹਿਲਾਂ ਲੱਗੇ ਹੋਏ ਨੇ ਜੀ ਠੀਕ ਹੈ ਜੀ ਪੀਐਸਟੀਸੀਐਲ ਦੇ ਵਿੱਚ ਉਹਨਾਂ ਵਾਸਤੇ ਇੱਕ ਤਜਰਬਾ ਸਰਟੀਫਿਕੇਟ ਹੈ ਜਰੂਰੀ ਤੇ ਐਨੇ ਕੀ ਸੀ ਤੀ ਬਾਕੀ ਤੁਹਾਨੂੰ ਮੈਂ ਹੁਣ ਆਪਾਂ ਲੈ ਚੱਲਦੇ ਹਾਂ ਜੀ ਜਿਹੜੀ ਮੇਨ ਗੱਲ ਹੈ ਤੁਹਾਡੇ ਨਾਲ ਕਰਨੀ ਹੈ ਵੀ ਇੱਕ ਤਾਂ ਬੇਟਿੰਗ ਲਿਸਟ ਬਾਰੇ ਬਾਕੀ ਇਹ ਡਾਕੂਮੈਂਟ ਤੁਸੀਂ ਤਿਆਰ ਕਰਵਾ ਲਓ ਕਿਉਂਕਿ ਕੋਈ ਵੀ ਘਾਟ ਨਾ ਰਹੇ ਜਰੂਰੀ ਹੈ ਜੀ ਡਾਕੂਮੈਂਟ ਤਿਆਰ ਕਰਵਾਉਣੇ ਜੇ ਤੁਹਾਨੂੰ ਹਰੇ ਵੀ ਤੁਹਾਡੇ ਮਨ ਦੇ ਵਿੱਚ ਕੋਈ ਡਾਊਟ ਆ ਕਮੈਂਟ ਕਰਦਿਆ ਕਰੋ ਤੇ ਹੁਣ ਆਪਾਂ ਜਿਹੜੀ ਮੇਨ ਗੱਲ ਕਰਦੀਆਂ ਜੀ ਡਾਕੂਮੈਂਟ ਵੈਰੀਫਿਕੇਸ਼ਨ ਤੇ ਤਾਂ ਹੋ ਗਈ ਗੱਲ ਜੀ ਵੀ ਕਿਹੜੇ ਕਿਹੜੇ ਡਾਕੂਮੈਂਟ ਆਪਾਂ ਨਾਲ ਲੈ ਕੇ ਜਾਣੇ ਨੇ ਠੀਕ ਹੈ ਜੀ ਕਿਹੜੇ ਕਿਹੜੇ ਆਪਾਂ ਛੱਡ ਕੇ ਜਾਣੇ ਨੇ ਉਸ ਤੋਂ ਬਾਅਦ ਕੀ ਹੈ ਜੀ ਕਰੋਨਾ ਟੀਕਾ ਦੇਖੋ ਕਰੋਨਾ ਟੀਕਾ ਸਾਰੀ ਪੀਡੀਐਫ ਪੜ੍ਹ ਵੀ ਲਈ ਹੈ ਉਹਦੇ ਵਿੱਚ ਕਿਤੇ ਵੀ ਕਰੋਨਾ ਟੀਕੇ ਦਾ ਕੋਈ ਜ਼ਿਕਰ ਤਾਂ ਨਹੀਂ ਹੈਗਾ ਦੇਖੋ ਠੀਕ ਹੈ ਤਾਂ ਕਰਕੇ ਜ਼ਰੂਰੀ ਨਹੀਂ ਹੈਗਾ ਤੁਹਾਡਾ ਲੱਗਿਆ ਤਾਂ ਵੀ ਠੀਕ ਹੈ ਨਹੀਂ ਲੱਗਿਆ ਤਾਂ ਵੀ ਕੋਈ ਵੱਡੀ ਗੱਲ ਨਹੀਂ ਹੈਗੀ ਉਸ ਤੋਂ ਬਾਅਦ ਬੇਟਿੰਗ ਲਿਸਟ ਬੇਟਿੰਗ ਲਿਸਟ ਬਾਰੇ ਦੇਖੋ ਅਸੀਂ ਪੱਕਾ ਕੇ ਤੌਰ ਤੇ ਤਾਂ ਨਹੀਂ ਕੁਝ ਕਹਿ ਸਕਦੇ ਪਰ ਸਾਡੇ ਹਿਸਾਬ ਨਾਲ ਪਰ ਜਿੰਨੇ ਸਿਲੈਕਟ ਕਰਨ ਦੇ ਨੇ ਇਹਨਾਂ ਨੇ ਕਰ ਲਏ ਹੁਣ ਇਸ ਤੋਂ ਬਾਅਦ ਮੁਸ਼ਕਲ ਹੈ ਬਾਕੀ ਦੇਖੋ ਕੋਈ ਪੱਕਾ ਨਹੀਂ ਕਹਿ ਸਕਦੇ ਸ਼ਾਇਦ ਆ ਵੀ ਸਕਦੀ ਹੈ ਵੀ ਵੇਟਿੰਗ ਲਿਸਟ ਪਾ ਸਕਦੇ ਨੇ ਜੀ ਠੀਕ ਹੈ ਉਸ ਤੋਂ ਬਾਅਦ ਘੱਟ ਨੰਬਰਾਂ ਵਾਲੇ ਦੇਖੋ ਘੱਟ ਨੰਬਰਾਂ ਵਾਲੇ ਨੂੰ ਹੁਣ ਮੌਕਾ ਮਿਲੂਗਾ ਤਾਂ ਤਾਂ ਜੇ ਵੇਟਿੰਗ ਲਿਸਟ ਆਵੇਗੀ ਠੀਕ ਹੈ ਹੁਣ ਤਾਂ ਸਾਰਾ ਕੁਝ ਵੇਟਿੰਗ ਲਿਸਟ ਦੇ ਉੱਤੇ ਡਿਪੈਂਡ ਹੈ ਤੇ ਲਾਸਟ ਵਾਰ ਇਹ ਹੀ ਕਹਿਣਾ ਚਾਹਾਂਗਾ ਜੀ ਆਪਾਂ ਤੁਹਾਨੂੰ ਵੀ ਤੁਹਾਡੇ ਮਨ ਦੇ ਵਿੱਚ ਹੋਰ ਵੀ ਕੋਈ ਕੁਐਸਚਨ ਹੈ ਤਾਂ ਸਾਨੂੰ ਕਮੈਂਟ ਕਰ ਦਿਆ ਕਰੋ ਤੇ ਸਾਡਾ ਟੈਲੀਗ੍ਰਾਮ ਗਰੁੱਪ ਜ਼ਰੂਰ ਜੁਆਇਨ ਕਰ ਲਓ ਉਸ ਉੱਤੇ ਅਸੀਂ ਅਪਡੇਟ ਪਾਉਂਦੇ ਰਹਿੰਦੇ ਆ ਇੰਸਟਾ ਤੇ ਕੋਈ ਵੀ ਮੈਸੇਜ ਕਰ ਸਕਦੇ ਤੁਸੀਂ ਸਾਨੂੰ ਜੇ ਕੋਈ ਡਾਊਟ ਲੱਗਦਾ ਹੈ ਕਮੈਂਟ ਦੇ ਵਿੱਚ ਵੀ ਕਰ ਸਕਦੇ ਹੋ ਇੰਸਟਾ ਦੇ ਉੱਤੇ ਵੀ ਕਰ ਸਕਦੇ ਹੋ ਤੁਹਾਨੂੰ ਠੀਕ ਹੈ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਦਿਆ ਕਰੋ ਸਬਸਕ੍ਰਾਈਬ ਜ਼ਰੂਰ ਕਰ ਲੈ ਆਪਣੇ ਚੈਨਲ ਨੂੰ ਜੀ ਬਹੁਤ-ਬਹੁਤ ਧੰਨਵਾਦ